ਕਿਸਾਨ ਭਰਾਵੋ ਨਰਮੇ ਦੇ ਵਿੱਚ ਲਗਭਗ ਖੜਾ ਸ਼ੁਰੂ ਹੋ ਚੁੱਕਿਆ ਹੈ ਕਈ ਥਾਵਾਂ ਤੇ ਨਰਮੇ ਦੀ ਚਗਾਈ ਵੀ ਸ਼ੁਰੂ ਹੋ ਚੁੱਕੀ ਹੈ ਜਿਹੜੀਆਂ ਆਸਾਂ ਦੀ ਆਪਾਂ ਉਮੀਦ ਲਾਈ ਬੈਠੇ ਸੀ ਆਪਾਂ ਵੀ ਕਿਤਾਬ ਲਿਖੀ ਸੀ ਆਸਾਂ ਦੀ ਚਿੱਟੀ ਢੇਰੀ ਉਹ ਹੁਣ ਢੇਰੀਆਂ ਬਣ ਲੱਗਿਆ ਨਰਮਾ ਖੇੜਨ ਲੱਗ ਗਿਆ ਚੁਗਿਆ ਜਾਣ ਲੱਗ ਗਿਆ ਚੰਗੇ ਰੇਟ ਮਿਲ ਰਹੇ ਆ ਪਰ ਕੁਝ ਕਿਸਾਨਾਂ ਦੇ ਖੇਤਾਂ ਦੇ ਵਿੱਚ ਪ੍ਰੋਬਲਮ ਆਈ ਹੈ ਜਿੱਥੇ ਗਲਤ ਸਪਰੇਹਾਂ ਹੋਈਆਂ ਡਾਈਫੈਂਥਰੋਨ ਹੋਇਆ ਓਵਰ ਜਾਂ ਪੈਰੀਪ੍ਰੋਕਸੀਫਨ ਹੋਇਆ ਜਾਂ ਉਹਦੇ ਨਾਲ ਕੋਈ ਹੋਰ ਮਿਕਸਚਰ ਆ ਰਿਹਾ ਹੈਗਾ ਜਾਂ ਲਿਕੁਇਡ ਡਾਈਫੈਂਥਰੋਨ ਹੋਇਆ ਤਾ ਉੱਥੇ ਪ੍ਰੋਬਲਮ ਆਈ ਆ ਫਾਈਟੋਟੌਕਸਿਟੀ ਹੋਈ ਆ ਪlant ਦੇ ਉੱਪਰ ਸਟ੍ਰੈਸ ਹੋਇਆ ਨਿਊਟ੍ਰੀਸ਼ਨ ਵੱਲ ਤੁਸੀਂ ਗਏ ਨਹੀਂ ਖੁਰਾਕੀ ਤਾਂ ਤੁਸੀਂ ਪੂਰੇ ਨਹੀਂ ਕੀਤੇ ਹੈਗੇ ਨਰਮੇ ਦੇ ਨਰਮੇ ਤੇ ਮੱਛਰ ਮਾਰਨ ਦੇ ਵਿੱਚ ਤੁਸੀਂ ਸਮਾਂ ਗਵਾਇਆ ਨਰਮੇ ਦੇ ਵਿੱਚ ਗੈਪਿੰਗ ਤੁਸੀਂ ਕੀਤੀ ਨਹੀਂ ਹੈਗੀ ਨਰਮਾ ਉੱਪਰੋਂ ਇੱਦਾਂ ਜਾਂ ਤਿੰਨ ਫਾੜੇ ਦਾ ਸੀਗਾ ਉਹ ਜਾਦਾ ਸਾਮ ਸੰਭਾਲ ਕਰਕੇ ਇਕੱਠਾ ਹੋ ਗਿਆ ਚਾਰ ਫਾੜੇ ਦਾ ਸੀਗਾ ਤਾਂ ਫਿਰ ਵੀ ਉਹਦੇ ਵਿੱਚ ਪ੍ਰੋਬਲਮ ਆ ਗਈ ਕਿ ਬਹੁਤ ਜ਼ਿਆਦਾ ਸੂਟੀ ਮੋਲਡ ਆਇਆ ਪੱਤੇ ਕਾਲੇ ਹੋ ਗਏ ਕਾਲੀ ਉੱਲੀ ਦਾ ਹਮਲਾ ਦੇਖਣ ਨੂੰ ਮਿਲਿਆ ਤੇ ਜਦੋਂ ਮੱਛਰ ਦੇ ਹਮਲੇ ਦਾ ਲੰਬਾ ਦੌਰ ਚੱਲਿਆ ਚਿੱਟੀ ਮੱਖੀ ਦੇ ਹਮਲੇ ਦਾ ਲੰਬਾ ਦੌਰ ਚੱਲਿਆ ਤਾਂ ਉਹਦੇ ਵਿੱਚ ਸਮੱਸਿਆ ਆਈ ਹੈਗੀ ਆ ਕਿ ਸੰਗਣੇ ਨਰਮੇ ਦੇ ਵਿੱਚ ਤੁਸੀਂ ਮੱਛਰ ਮਾਰ ਸਪਰੇਹਾਂ ਜ਼ਿਆਦਾ ਕੀਤੀਆਂ ਹੈਗੀਆਂ ਹਾਲਾਂਕਿ ਤੁਹਾਨੂੰ ਤਾਕਤ ਵਾਲੀਆਂ ਸਪਰੇਹਾਂ ਜ਼ਿਆਦਾ ਕਰਨੀਆਂ ਚਾਹੀਦੀਆਂ ਸੀ ਜਦੋਂ ਇਸ ਤਰ੍ਹਾਂ ਦੀਆਂ ਫੋਟੋਆਂ ਕਿਸਾਨਾਂ ਦੇ ਖੇਤਾਂ ਦੀਆਂ ਦੇਖਦੇ ਹਾਂ ਜਿਦੇ ਵਿੱਚ ਪੱਤੇ ਲਾਲ ਹੋ ਰਹੇ ਹੁੰਦੇ ਆ ਪੀਲੇ ਹੋ ਰਹੇ ਹੁੰਦੇ ਆ ਡਿੱਗ ਰਹੇ ਹੁੰਦੇ ਆ ਪੱਤਾ ਖੁਸ਼ਕ ਹੋ ਜਾਂਦਾ ਕੜੜਾ ਹੋ ਜਾਂਦਾ ਤੇ ਬਦਸੂਰਤ ਹੋ ਜਾਂਦਾ ਬੂਟਾ ਤਾ ਉਥੇ ਉਹਨੂੰ ਪੁੱਛਿਆ ਜਾਂਦਾ ਫਾਰਮਰ ਨੂੰ ਕਿ ਤੁਸੀਂ ਕਿਹੜੇ ਕਿਹੜੇ ਤਾਕਤ ਦੇ ਸਪਰੇਅ ਕੀਤੇ ਆ ਕੀ ਡੋਜ਼ ਤੇ ਕੀ ਕੀ ਤੁਸੀਂ ਅਦਰ ਪੈਸਟੀਸਾਈਡ ਯੂਜ਼ ਕੀਤਾ ਹੈਗਾ ਥ੍ਰਿਪਸ ਨੂੰ ਕੰਟਰੋਲ ਕਰਨ ਲਈ ਵਾਈਟ ਫਲਾਈ ਗ੍ਰੀਨ ਐਫਿਡ ਨੂੰ ਤਾਂ ਫਾਰਮਰ ਨੇ ਕਹਿੰਦਾ ਮੈਂ 6 ਸਪਰੇਅਾਂ ਤੇਲੇ ਵਾਲੀਆਂ ਕਰ ਚੁੱਕੇ ਹਾਂ ਪਰ ਤਾਕਤ ਵਾਲੀ ਸਪਰੇਅ ਮੇਰੀ ਇੱਕ ਜਾਂ ਦੋ ਗਈ ਹੈ ਦਲਾਲ ਕੋਲ ਨੂੰ ਵੀ ਨਹੀਂ ਕੀਤਾ ਹੈਗਾ ਹਾਲਾਂਕਿ ਆਪਾਂ ਸਭ ਤੋਂ ਜ਼ਿਆਦਾ ਜ਼ਰੂਰੀ ਇਹ ਕਿਹਾ ਗਿਆ ਕਿ ਅਗਰ ਤੁਸੀਂ 50-60 ਦਿਨ ਤੋਂ ਹੀ ਚੰਗੇ ਨਰਮੇ ਤੇ ਆਪ ਦੀ ਤਾਕਤ ਵਾਲੀਆਂ ਸਪਰੇਹਾਂ ਦੀ ਸ਼ੁਰੂਆਤ ਕਰ ਦਿੰਨੇ ਹੋ ਤਾਂ 130-35 ਦਿਨ ਤੱਕ ਜਿਹੜਾ ਇਹ ਸਮਾਂ ਬਣਦਾ ਹੈਗਾ ਲਗਭਗ 70 ਦਿਨ ਦਾ ਸਮਾਂ ਅਗਰ ਤੁਸੀਂ 10 ਦਿਨਾਂ ਦੇ ਬਾਅਦ ਵੀ ਤਾਕਤ ਵਾਲੀ ਸਪਰੇਹ ਕਰ ਰਹੇ ਹੋ ਤਾਂ ਸੱਤ ਸਪਰੇਹਾਂ ਬਣਦੀਆਂ ਨੇ ਉਹਦੇ ਵਿੱਚ ਤੁਸੀਂ ਤਿੰਨ ਤੇਲੇ ਵਾਲੀਆਂ ਮਿਕਸ ਕਰ ਲਵੋ ਉਹਨਾਂ ਹੀ ਸੱਤਾਂ ਦੇ ਵਿੱਚ ਤੁਹਾਡਾ ਕੰਮ ਨਿਭੜ ਜਾਣਾ ਹੈਗਾ ਤੁਹਾਨੂੰ ਬਾਹਰੋਂ ਲਿਆ ਕੇ ਪੈਸੀਸਾਈਡ ਪਾਉਣਾ ਪੈਂਦਾ ਹੈਗਾ ਅਗਰ ਤੁਸੀਂ ਬੂਟੇ ਦੀ ਤਾਕਤ ਹੀ ਮੇਨਟੇਨ ਕਰ ਲੈਂਦੇ ਉਹਨੇ ਫਰੂਟ ਲੈ ਲੈਣਾ ਸੀ ਜਿੰਨਾ ਕਿ ਮੱਛਰ ਨੇ ਕੋਈ ਹੋਰ ਤੇਲੇ ਨੇ ਰਸ ਚੂਸਣਾ ਸੀਗਾ ਉਹ ਤੁਸੀਂ ਖਰਾਕ ਹੀ ਦਿੱਤਾ ਰਹੀ ਪੂਰਾ ਕਰਦੇ ਜਾਣਾ ਸੀ ਕਿਉਂਕਿ ਜਿੱਦਾਂ ਹੋਰ ਕਿਸਮਾਂ ਹੈਗੀਆਂ ਮਿਰਚਾਂ ਹੈਗੀਆਂ ਬੈਂਗਣ ਹੈਗੇ ਆ ਭਿੰਡੀ ਹੋਰ ਤਰ੍ਹਾਂ ਦੀਆਂ ਫਸਲਾਂ ਹੈਗੀਆਂ ਸਬਜ਼ੀਆਂ ਵਾਲੀਆਂ ਜਾਂ ਆਦਰ ਕ੍ਰੌਪਸ ਉਹਨਾਂ ਦਾ ਪੱਤਾ ਬਹੁਤ ਛੋਟਾ ਹੁੰਦਾ ਕਣ ਕੈਚੋ ਨਾ ਇਹਨਾਂ ਦੇ ਪੱਤੇ ਬਹੁਤ ਛੋਟੇ ਹੁੰਦੇ ਆ ਜਿਹੜਾ ਨਰਮੇ ਦਾ ਪੱਤਾ ਹੈਗਾ ਕਾਫੀ ਜ਼ਿਆਦਾ ਵੱਡਾ ਦੇ ਇਹਦੇ ਪੱਤੇ ਲਗਾਤਾਰ ਨਿਕਲਦੇ ਰਹਿੰਦੇ ਹੈਗੇ ਆ ਇੱਕ ਇੱਕ ਟਾਣੀ ਤੇ 4-5-5 ਪੱਤੇ ਆ ਤੇ ਲਗਭਗ 12 ਤੋਂ 15 ਟਾਣੀਆਂ ਇੱਕ ਬੂਟੇ ਦੇ ਉੱਪਰ ਹੁੰਦੀਆਂ ਜਦੋਂ ਆਪਾਂ 50 ਦਿਨ ਤੋਂ ਇਹ ਸ਼ਡਿਊਲ ਬਣਾ ਕੇ ਚੱਲਦੇ ਹੈਗੇ ਆ ਤੇ ਹੁਣ ਤੇ ਇੱਕ ਜਿਹੜਾ ਨਰਮੇ ਦੀ ਪੋਜੀਸ਼ਨ ਆਈ ਹੈ ਤਾਂ ਇਹ ਆਉਣੀ ਨਹੀਂ ਸੀਗੀ ਇਹਦੇ ਵਿੱਚ ਫਰੂਟ 10-15% ਜ਼ਿਆਦਾ ਲੱਗਣਾ ਸੀ ਮੋਟਾ ਹੋਣਾ ਸੀ ਜਿੱਥੇ ਤੁਹਾਡਾ 1.5-2 ਗ੍ਰਾਮ ਦਾ ਟੀਂਡਾ ਲੱਗ ਰਿਹਾ ਹੈਗਾ ਉਸੇ ਤੁਹਾਡਾ 3-3.5-4 ਗ੍ਰਾਮ ਦਾ ਟੀਂਡਾ ਲੱਗਣਾ ਸੀ ਮਤਲਬ ਕਿ 5 ਕੁਇੰਟਲ ਵਾਲਾ ਖੇਤ 8 ਕੁਇੰਟਲ ਨੂੰ ਹੱਥ ਮਾਰ ਸਕਦਾ ਅੱਜ ਦੇ ਸਮੇਂ ਦੇ ਵਿੱਚ ਅਗਰ ਤੁਸੀਂ ਵਧੀਆ ਮੈਨੇਜਮੈਂਟ ਕੀਤਾ ਹੁੰਦਾ ਆਪਾਂ ਸਮੇਂ ਸਮੇਂ ਸਿਰ ਤੁਹਾਨੂੰ ਗਾਈਡੈਂਸ ਦਿੰਦੇ ਰਹੇ ਹੈਗੇ ਆ ਤੁਹਾਡੀ ਹੈਲਪ ਕਰਦੇ ਰਹੇ ਆ ਵੀਡੀਓ ਦੇ ਰੂਪ ਵਿੱਚ ਕਿ ਤੁਸੀਂ ਇੰਨਾ ਸਪਰੇਹਾਂ ਨੂੰ ਪੈਲ ਦੇ ਆਧਾਰ ਤੇ ਕਰੋ ਬਾਕੀ ਜਿਹੜੀਆਂ ਸਪਰੇਹਾਂ ਹੈਗੀਆਂ ਉਹ ਤੁਹਾਡੀਆਂ ਐਮਰਜੈਂਸੀ ਟਾਈਮ ਦੇ ਵਿੱਚ ਆ ਕਿ ਤੁਸੀਂ ਉਹਨਾਂ ਨੂੰ ਕਾਰ ਲਵੋਗੇ ਤਾਂ ਉਹ ਦੇ ਕਰਨ ਤੋਂ ਪਹਿਲਾਂ ਤੁਹਾਨੂੰ ਫੀਲਡ ਦੇਖਣਾ ਪਊਗਾ ਵੀ ਉਹਦੇ ਵਿੱਚ ਮੱਛਰ ਕਿਹੜਾ ਕਿੰਨੀ ਮਾਤਰਾ ਦੇ ਵਿੱਚ ਹੈ ਲਾਸ ਸਪਰੇਹ ਕਿਹੜੀ ਗਈ ਆ ਅਗਰ ਕੋਈ ਸਪਰੇਹ ਤੁਸੀਂ ਕਰ ਰਹੇ ਹੋ ਕੀ ਉਹਦਾ ਕੋਈ ਮਾੜਾ ਪ੍ਰਭਾਵ ਤੇ ਨਹੀਂ ਪਵੇਗਾ ਹਜੇ ਵੀ ਕਈ ਖੇਤਾਂ ਦੇ ਵਿੱਚ ਹੈਗਾ ਉੱਥੇ ਡਾਈਨੋਟੋਫਰੌਨ ਕਰ ਸਕਦੇ ਹੈਗੇ ਹੋ ਜਾਂ ਹੁਣ ਲਾਸਟ ਸਪਰੇਅ ਚਲਦੀਆਂ ਹੈਗੀਆਂ ਤੁਸੀਂ ਡੈਲਟਾ ਮੈਥ੍ਰੈਨ ਸੰਢੀ ਵਾਸਤੇ ਯੂਜ਼ ਕਰ ਸਕਦੇ ਹੋ ਪ੍ਰੋਕਲੇਮ ਯੂਜ਼ ਕਰ ਸਕਦੇ ਹੋ ਫੈਨੂਲ ਰੇਟ ਯੂਜ਼ ਕਰ ਸਕਦੇ ਹੋ ਸਾਈਪਰ ਮੈਥ੍ਰੈਨ ਵੀ ਤੁਸੀਂ ਯੂਜ਼ ਕਰ ਸਕਦੇ ਹੋ ਜਦੋਂ ਜਿਹੜਾ ਨਰਮਾ ਖੇੜਨ ਲੱਗ ਗਿਆ ਕਿਉਂਕਿ ਮੈਂ ਇਹ ਮੰਨਦਾ ਹੈਗਾ ਅਗਰ ਟਾਈਮਲੀ ਬਜਾਈ ਕੀਤੀ ਹੋਈ ਹੈ ਨਰਮੇ ਦੀ 25 ਅਪ੍ਰੈਲ ਤੋਂ ਲੈ ਕੇ 15 ਮਈ ਦੇ ਵਿਚਾਲੇ ਨਰਮਾ ਬੀਜਿਆ ਹੋਇਆ ਤੇ ਹਾਈਬ੍ਰਿਡ ਵੀ ਉਹ ਐਕਸਲੈਂਟ ਆ ਜਿੱਦਾਂ ਮੈਂ ਪਹਿਲਾਂ 5-6 ਵੈਰੈਟੀਆਂ ਨੂੰ ਪ੍ਰੋਮੋਟ ਕੀਤਾ ਹੈਗਾ ਪਿਛਲੇ ਐਸੇ ਸੀਜ਼ਨ ਦੇ ਸਟਾਰਟਿੰਗ ਦੇ ਵਿੱਚ ਤਾ ਇਸ ਵਾਰ ਫੇਰ ਆਪਾਂ ਸਾਰਾ ਡਾਟਾ ਇਕੱਠਾ ਕਰ ਰਹੇ ਆ ਕਿ ਕਿਹੜੀਆਂ ਵੈਰਾਈਟੀਆਂ ਚੰਗੀ ਪਰਫਾਰਮੈਂਸ ਕਰ ਰਹੀਆਂ ਹੈਗੀਆਂ ਕਿੰਨਾਂ ਦਾ ਬਿਲਟ ਘਟਾ ਰਿਹਾ ਕਿੰਨਾਂ ਦੇ ਵਿੱਚ ਮੱਛਰ ਦਾ ਟੈਕ ਘਟਾ ਲੀਫ ਕਰਲ ਵਾਇਰਸ ਪੱਤਾ ਮਰੋੜ ਬਿਮਾਰੀ ਘਟਾ ਟੀਂਡੇ ਬਹੁਤ ਜ਼ਿਆਦੇ ਆ ਉਹਨਾਂ ਵੈਰਾਈਟੀਆਂ ਦੇ ਉੱਪਰ ਆਪਾਂ ਦੇਖਾ-ਦੇਖੀ ਕਰ ਰਹੇ ਆ ਕਾਫੀ ਫਾਰਮਰ ਦੇ ਖੇਤ ਵੀ ਦੇਖਣ ਦੀ ਕੋਸ਼ਿਸ਼ ਕਰ ਰਹੇ ਆ ਤੁਸੀਂ ਵੀ ਇਨ੍ਹਾਂ ਕੰਮਾਂ ਦੇ ਵਿੱਚ ਆਪਦੇ ਆਸ-ਪਾਸੇ ਏਰੀਏ ਨੂੰ ਪੜਤਾਲੋ ਫਰੋਲੋ ਤੇ ਵੈਰਾਈਟੀਆਂ ਨੂੰ ਫਾਈਨਲਾਈਜ਼ ਕਰੋ ਪੈਕੇਟ ਦੇ ਉੱਤੇ ਟੀਂਡੇ ਦੀ ਫੋਟੋ ਜਾਂ ਬੂਟੇ ਦੀ ਫੋਟੋ ਦੇਖ ਕੇ ਵੈਰਾਈਟੀ ਨ ਆਪਣੇ ਖੇਤ ਨੂੰ ਪਹਿਲਾਂ ਜੱਜ ਕਰੋ ਕਿਸ ਤਰੀਕੇ ਦਾ ਉਹ ਫਿਰ ਵੈਰੈਟੀ ਤੁਹਾਡੇ ਏਰੀਆ ਵਿੱਚ ਕਿਹੜੀ ਕਾਮਯਾਬ ਰਹੀ ਲਾਸਟ ਟਾਈਮ ਤਾਂ ਉਹਨੂੰ ਆਪਾਂ ਵਧੀਆ ਝਾੜ ਲੈਣ ਦੇ ਵਿੱਚ ਆਪਣੇ ਖੇਤ ਦੇ ਨਾਲ ਤਾਲਮੇਲ ਕਰਾ ਸਕਦੇ ਹਾਂ ਪ੍ਰੋਬਲਮ ਹੁਣ ਆਈ ਹੋਈ ਹੈ ਜਿਹੜੀ ਜਿੰਨਾ ਕਿਸਾਨਾਂ ਦੇ ਖੇਤਾਂ ਦੇ ਵਿੱਚ ਲੇਟ ਫਰੂਟਿੰਗ ਸ਼ੁਰੂ ਹੋਈ ਹੈ ਉੱਥੇ ਨਰਮੇ ਕੱਚੇ ਖੜੇ ਆ ਤੁਸੀਂ 13045 ਜ਼ਿੰਕ ਮੈਗਨੀਸ਼ੀਅਮ ਯੂਰੀਆ ਨੂੰ ਪੈਲ ਦੇਵੋ ਠੀਕ ਹੈ 13045 ਦੀਆਂ ਘੱਟੋ ਘੱਟ 3 ਤੋਂ 4 ਸਪਰੇਹਾਂ ਜ਼ਿਆਦਾ ਹੋ ਜਾਣ ਕੋਈ ਨੁਕਸਾਨ ਨਹੀਂ ਹੈਗਾ ਓਵਰਡੋਜ਼ ਨਹੀਂ ਪਾਉਣੀ ਹੈਗੀ 10 ਗ੍ਰਾਮ ਪੱਤੀ ਪ੍ਰਤੀ ਲੀਟਰ ਜਾਣੀ ਜਾਈਦੀ ਹੈ ਕੱਲੀ ਕਰ ਰਹੇ ਹੋ ਤਾਂ 12 ਗ੍ਰਾਮ ਪ੍ਰਤੀ ਲੀਟਰ ਵੀ ਕਰ ਸਕਦੇ ਹੋ ਤੁਸੀਂ ਮਤਲਬ ਕਿ 100 ਲੀਟਰ ਪਾਣੀ ਵਿੱਚ ਕਿਲੋ ਤੋਂ ਲੈ ਕੇ ਸਵਾ ਕਿਲੋ ਵੀ ਸਪਰੇਅ ਹੋ ਸਕਦੀ ਆ ਅਗਰ ਕੱਲੀ 13045 ਜਾ ਰਹੀ ਹੈ ਅਗਰ ਉਹਦੇ ਨਾਲ ਕੋਈ ਜ਼ਿੰਕ ਜਾ ਰਿਹਾ ਹੈ ਮੈਗਨੀਸ਼ੀਅਮ ਯੂਰੀਆ ਜਾ ਰਿਹਾ ਫਿਰ ਤੁਸੀਂ 10 ਗ੍ਰਾਮ ਤੇ ਇੱਕ ਹੀ ਲਵੋ ਮਤਲਬ ਕਿ ਜਿਵੇਂ ਮੇਰਾ 7 ਇਕੜ ਦਾ ਪਲਾਟ ਆ ਤਾਂ ਉਹਦੇ ਵਿੱਚ ਮੈਂ 1000 ਲੀਟਰ ਨਾਲ 1050 ਲੀਟਰ ਦੇ ਨਾਲ ਸਪਰੇਅ ਕਰਦਾ ਹੈਗਾ ਤਾਂ ਉਹਦੇ ਵਿੱਚ ਅਸੀਂ ਫਿਰ ਡੋਜ਼ 1000 ਲੀਟਰ ਦੀ ਹੀ ਪਾਉਣੇ ਹੈਗੇ ਆ ਕਿੱਲੇ ਦੇ ਹਿਸਾਬ ਨਾਲ ਉੱਥੇ ਕੋਈ ਮਤਲਬ ਨਹੀਂ ਰਹਿ ਜਾਂਦਾ ਹੈਗਾ ਐਸੇ ਤਰੀਕੇ ਨਾਲ ਤੁਸੀਂ ਸਪਰੇਅ ਕਰਦੇ ਹੋਵੋਗੇ ਤੇ ਜਿਹੜੇ ਕਿਸਾਨਾਂ ਦੇ ਖੇਤਾਂ ਦੇ ਵਿੱਚ ਅੱਜ ਫਸਲ ਬੁੱਢੀ ਹੋਣ ਲੱਗੀ ਬਜ਼ੁਰਗ ਅਵਸਥਾ ਵਿੱਚ ਚਲੀ ਗਈ ਮੈਚੋਰ ਹੋ ਚੁੱਕੀ ਆ ਖਿੜਾ ਪੈ ਚੁੱਕਿਆ ਕਈਆਂ ਨੇ ਤਾਂ ਇੱਕ ਇੱਕ ਚੋਣੀ ਚੁਗ ਵੀ ਲਈ ਹੈਗੀ ਆ ਦੂਸਰੇ ਢਿੰਡੇ ਪਾੜ ਰਹੇ ਆ ਉੱਪਰਲੇ ਪਾਸੇ ਢਿੰਡੇ ਜਿਹੜੇ ਉਹ ਲਾਸਟ ਟਾਈਮ ਬਣ ਰਹੇ ਆ ਲਾਸਟ ਟਾਈਮ ਫਰੂਟਿੰਗ ਆ ਰਹੀ ਆ ਉਹਨਾਂ ਦੇ ਵਿੱਚ ਵੀ ਤੁਸੀਂ ਮੈਗਨੀਸ਼ੀਅਮ ਯੂਰੀਆ 13045 ਸਿੰਗਲ ਸਪਰੇਅ ਜ਼ਰੂਰ ਕਰੋ ਤਾਂ ਕਿ ਉੱਪਰਲੀ ਕਨੋਪੀ ਆ ਜਿਹੜੀ ਉਹ ਟਾਈਮਲੀ ਮੈਚੋਰ ਹੋ ਕੇ ਤੁਹਾਡੇ ਖੇਤ ਦੇ ਵਿੱਚ ਹੀ ਖੜ ਜਾਵੇ ਇੱਥੇ ਆਪਾਂ ਇੱਕ ਸਪੈਸ਼ਲ ਵੀਡੀਓ ਕਰਾਂਗੇ ਕਿ ਨਰਮੇ ਦੀਆਂ ਚੁਗਾਈਆਂ ਕਰਕੇ ਵੀ ਤੁਹਾਡੇ ਖੇਤ ਦੇ ਵਿੱਚ ਨੁਕਸਾਨ ਹੁੰਦਾ ਅਗਰ ਤੁਸੀਂ ਗਲਤ ਤਰੀਕੇ ਨਾਲ ਚੁਗਾਈ ਕਰਦੇ ਹੋ ਤਾਂ ਤੁਹਾਡਾ 7 ਕੁਆਂਟਲ ਨਰਮਾ ਜਿਹੜਾ ਉਹ 6 ਰਹਿ ਜਾਵੇਗਾ ਅਗਰ ਤੁਸੀਂ ਸਹੀ ਤਰੀਕੇ ਨਾਲ ਚੁਗਾਈ ਕਰਦੇ ਹੋ 7 ਕੁਆਂਟਲ ਨਰਮਾ ਤੁਹਾਡਾ 7.5 ਤੱਕ ਚਲਾ ਜਾਵੇਗਾ ਤੇ ਕੁਆਲਿਟੀ ਵੀ ਬਹੁਤ ਐਕਸਲੈਂਟ ਬਣੇਗੀ ਬਸ ਥੋੜੀ ਜੀ ਮਿਹਨਤ ਵਧੇਗੀ ਜਿਹੜੇ ਕੰਮ 'ਚ ਮਿਹਨਤ ਵੱਧਦੀ ਆ ਆਪਾਂ ਅਕਸਰ ਉਸ ਨੂੰ ਰეკਮੈਂਡ ਕਰਦੇ ਆ ਕਿ ਤੁਸੀਂ ਪਹਿਲ ਦੇ ਆਧਾਰ ਤੇ ਕਰ ਲਓ ਕਿਉਂਕਿ ਉਹ ਗੱਲ ਥੋੜੇਤੀ ਖੜੀ ਹੁੰਦੀ ਆ ਉੱਥੇ ਕਿਸੇ ਕੰਪਨੀ ਦਾ ਰੋਲ ਨਹੀਂ ਉੱਥੇ ਕਿਸੇ ਹੋਰ ਮੈਕੈਨਿਜ਼ਮ ਦਾ ਰੋਲ ਨਹੀਂ ਹੁੰਦਾ ਹੈਗਾ ਜਿਹੜੀ ਵੇਲਟਿੰਗ ਆ ਰਹੀ ਆ ਉਹਨੂੰ ਆਪਾਂ ਕਾਫੀ ਇਹ ਪੰਜਾਬੀ ਤੇ ਹਿੰਦੀ ਬੁੱਕ ਆ ਇਹਦੇ ਵਿੱਚ ਸੱਡਨ ਬੈਲਟ ਜਾਂ ਫਿਜ਼ਿਊਰੀਅਮ ਬੈਲਟ ਜਾਂ ਬੂਟੇ ਸੁੱਕ ਜਾਣਾ ਹੌਲੀ-ਹੌਲੀ ਮਰਨਾ ਇੱਕੇ ਦਮ ਸੁੱਕ ਜਾਣਾ ਕਈ ਵੈਰੈਟੀਆਂ ਦੇ ਵਿੱਚ ਪ੍ਰੋਬਲਮ ਆਈ ਹੈ ਜਿਵੇਂ ਇਹ 773 US52 ਬਾਅਰ 71 ਬ 33 ਵੈਰੈਟੀਆਂ ਦੇ ਵਿੱਚ ਜ਼ਿਆਦਾ ਆ ਰਹੀ ਹੈਗੀ ਆ ਪਰ ਲਾਸਟ ਟਾਈਮ ਜੋ ਵੀ ਆਪਾਂ ਦੇਖਿਆ ਪਿਛਲੇ 5-6 ਸਾਲਾਂ ਤੋਂ ਦੇਖ ਰਹੇ ਹਾਂ ਆਉਣ ਵਾਲੇ ਸਮੇਂ ਦੇ ਵਿੱਚ ਵੀ ਆਪਾਂ ਇਸ ਤੇ ਇੱਕ ਵਧੀਆ ਤਰੀਕੇ ਦੇ ਨਾਲ ਤੁਹਾਡੇ ਲਈ ਕ੍ਰੌਪ ਪ੍ਰੈਕਟਿਸ ਲੈ ਕੇ ਆਵਾਂਗੇ ਕਿਉਂਕਿ ਅਲੱਗ-ਅਲੱਗ ਤਰੀਕੇ ਦਾ ਜਿਹੜਾ ਉੱਪਰ ਆਪਾਂ ਸਮਾਨ ਸਪਰੇਅ ਕਰਨਾ ਹੁੰਦਾ नीचे आपा बुजाई करना हुंदा मैं अपने नरमे ਦੇ ਵਿੱਚ 12 ਕਿਲੋ ਡੀਏਪੀ ਬੀਜੀ ਹੈਗੀ ਹੈ ਮੈਨੂੰ ਓਨੀ ਕੁ ਲੱਗੀ ਵੀ ਮੈਨੂੰ ਸਹੀ ਲੱਗਦੀ ਹੈਗੀ ਵੀ ਇੰਨੀ ਕੁ ਬੀਜ ਦਿੰਨੇ ਆ ਬਹੁਤੇ ਫਾਰਮਰਾਂ ਨੇ ਡੇਢ ਡੇਢ ਗੱਟਾ ਵੀ ਡੀਏਪੀ ਬੀਜ ਰੱਖਿਆ ਹੈਗਾ ਨਰਮਾ ਮੇਰੇ ਨਾਲੋਂ ਮਾੜਾ ਖੜਾਗਾ ਪ੍ਰੋਬਲਮ ਇੱਥੇ ਆਉਂਦੀ ਹੈਗੀ ਕਿ ਨਰਮੇ ਦੀ ਜਿਹੜੀ ਰੂਟ ਜੋ ਹੋਣਾ ਸਪੈਸ਼ਲੀ ਵੀਟੀ ਦੀ ਰੂਟ ਜੋ ਹੋਣਾ ਉਹ ਅਲੱਗ ਤਰੀਕੇ ਦੀ ਆ ਉਹ ਬਹੁਤ ਲੋ ਬਾਇਓਮਾਸ ਕਹ ਲਓ ਉਹਨਾਂ ਦਾ ਸਟਰਕਚਰ ਕੋਈ ਜ਼ਿਆਦਾ ਵੱਡਾ ਨਹੀਂ ਹੈਗਾ ਡੂੰਗੀ ਨਹੀਂ ਜਾਂਦੀ ਹੈਗੀ ਤੇ ਉਹਦੀ ਜਿਹੜੀ ਵਾਈਟ ਰੂਟ ਡਵੈਲਪਿੰਗ ਟਾਈਮ ਆ ਤੁਸੀਂ ਉਹ ਸੀਲਰਾਂ ਵਗੈਰਾ ਨਾਲ ਕਾਫੀ ਡੈਮੇਜ ਕਰ ਦਿੰਦੇ ਹੋ ਤੇ ਅੱਛੇ ਤਰੀਕੇ ਦੇ ਨਾਲ ਉਹ ਮੈਨੇਜ ਵੀ ਨਹੀਂ ਕਰ ਪਾਉਂਦੇ ਜਿਦੇ ਵਿੱਚ ਮਾਈਕੋ ਰਾਈਜ਼ਾ ਜਾਂ ਜ਼ਿੰਕ ਦਾ ਜਾਂ ਫਾਸਫੋਰਸ ਦਾ ਵੱਡਾ ਰੋਲ ਹੁੰਦਾ ਆਪਾਂ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਚੀਜ਼ਾਂ ਨੂੰ ਕਨਸਿਡਰ ਕਰਕੇ ਰਿਕਾਰਡ ਬਣਾ ਰਹੇ ਆ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਨੂੰ ਉਹ ਸੀਜ਼ਨ ਆਉਣ ਵਾਲੇ ਸੀਜ਼ਨ ਦੇ ਵਿੱਚ ਪੂਰੀ ਵਧੀਆ ਉਹਨਾਂ ਚੀਜ਼ਾਂ ਤੋਂ ਹੈਲਪ ਮਿਲੇਗੀ ਇਹਨਾਂ ਸਮੱਸਿਆਵਾਂ ਤੋਂ ਆਪਾਂ ਨੂੰ ਯਾਦ ਪਾਉਣ ਦੀ ਕੋਸ਼ਿਸ਼ ਕਰਾਂਗੇ ਤੇ ਨਰਮੇ ਦੀ ਫਸਲ ਦਾ ਇੱਕ ਵੀ ਤੁਹਾਨੂੰ ਟੀਂਡਾ ਨਾ ਤੋੜਨ ਨਾ ਪਵੇ ਤੇ ਉਸਤੇ ਵੀ ਆਪਾਂ ਇੱਕ ਅਗਲੀ ਵੀਡੀਓ ਦੇ ਵਿੱਚ ਗੱਲ ਕਰਾਂਗੇ ਤਾਂ ਕਿ ਆਪਾਂ ਡੈਫੋਲੇਸ਼ਨ ਸੰਗੇ ਤਰੀਕੇ ਨਾਲ ਕਰਾ ਸਕਦੇ ਹਾਂ ਪੱਤਿਆਂ ਦੀ ਸ਼ੈਡਿੰਗ ਕਰਾ ਸਕਦੇ ਹਾਂ ਪੱਤਿਆਂ ਨੂੰ ਚੜਾ ਸਕਦੇ ਹਾਂ ਬਿਨਾ ਕਿਸੇ ਨੁਕਸਾਨ ਤੋਂ ਤੇ ਆਪਣੀ ਫਸਲ ਆ ਜਿਹੜੀ ਉਹ ਖੇਤ ਦੇ ਵਿੱਚ ਹੀ ਖੜ ਜੂ ਕਿਉਂਕਿ ਜੇਦ ਅਗਰ ਟੀਂਡੇ ਤੋੜਦੇ ਆ ਤਾਂ ਉਹਦੇ ਨਾਲ ਆਪਣੀ ਰਿਕਵਰੀ ਇੱਕ ਕੁਆਂਟਲ ਟੀਂਡਿਆਂ ਦੇ ਵਿੱਚੋਂ 8 ਤੋਂ ਲੈ ਕੇ 10-12 ਕਿਲੋ ਪ੍ਰਤੀ 10 100 ਕਿਲੋ ਟੀਂਡਿਆਂ ਦੇ ਵਿੱਚੋਂ ਨਿਕਲਦਾ ਅਗਰ ਉਹਨੂੰ ਆਪਾਂ ਖੇਤ ਦੇ ਵਿੱਚ ਖੜਾ ਲੈਣੇ ਹੈਗੇ ਤਾਂ ਉਹੀ ਚੀਜ਼ ਆਪਣੀ ਕਾਟਨ ਦੀ ਜਿਹੜੀ ਪਰਸੈਂਟੇਜ ਆ ਉਹ 20 ਤੋਂ 21% ਚਲੀ ਜਾਂਦੀ ਹੈਗੀ ਸੋ ਇਨੀਆਂ ਕਿ ਜਾਣਕਾਰਾਂ ਤੁਹਾਨੂੰ ਸਾਂਝੀਆਂ ਕਰਨੀਆਂ ਸੀ ਕਿ ਜਿਨ੍ਹਾਂ ਦੇ ਨਰਮੇ ਮੈਚੋਰ ਹੋ ਰਹੇ ਆ ਪਾਣੀ ਲਾਂਦੇ ਰਹੋ ਜਿਨ੍ਹਾਂ ਚਿਰ ਖੜਾਕ ਹੋ ਰਿਹਾ ਪੈਰ ਗਿੱਲੇ ਰੱਖੋ ਜਿਨ੍ਹਾਂ ਦੇ ਨਰਮੇ ਲੇਟ ਖੁੱਲਣੇ ਸ਼ੁਰੂ ਹੋਏ ਆ ਕੱਚਾਪਨ ਹੈਗਾ ਹਜੇ ਤਾਂ ਨਾਰਮਲੀ ਫਸਲ ਨੂੰ ਦੇਖ ਕੇ ਮੱਛਰ ਵਗੈਰਾ ਕੰਟਰੋਲ ਕਰੋ ਪਹਿਲਾਂ ਤਾਂ ਅਸੀਂ ਵਿਰਲਾ ਕਰਨਾ ਸੀ ਹੁਣ ਵਿਰਲਾ ਕਰਨ ਦਾ ਸਮਾਂ ਚਲਾ ਗਿਆ ਨਾ ਹੀ ਟੂਸੇ ਤੋੜਨ ਦਾ ਸਮਾਂ ਨਾ ਹੀ ਵਿਰਲਾ ਕਰਨ ਦਾ ਸਮਾਂ ਆਉਣ ਵਾਲੇ ਸੀਜ਼ਨ ਵਿੱਚ ਵੀ ਤੁਹਾਨੂੰ ਵੀਡੀਓ ਦੀ ਸੀਰੀਜ਼ ਐਸੇ ਤਰੀਕੇ ਦੇ ਨਾਲ ਮਿਲਦੀ ਰਹੇਗੀ ਤੁਸੀਂ ਕਾਪਰਟ ਕਰਦੇ ਹੋ ਤੁਸੀਂ ਸ਼ੇਅਰ ਕਰਦੇ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਬਣੇ ਰਹੋ ਚੈਨਲ ਦੇ Facebook YouTube Instagram ਨਰਮੇ ਵਾਲੀਆਂ ਵੀਡੀਓ ਝੋਨੇ ਦੀਆਂ ਹੋਰ ਫਸਲਾਂ ਦੀਆਂ ਵੀਡੀਓ ਸਫਲ ਕਿਸਾਨਾਂ ਦੀਆਂ ਵੀਡੀਓ ਤੁਹਾਨੂੰ ਦੇਖਣ ਨੂੰ ਮਿਲਦੀਆਂ ਰਹਿਣੀਆਂ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ